ਕਿਸੇ ਨੂੰ ਨਹੀਂ ਬਿਠਾਉਣਾ ਤੇ ਸਾਡੀ ਬੇਨਤੀ ਹੈ ਜੇ ਕੋਈ ਕਦੇ ਗਲਤੀਆਂ ਕੋਈ ਚੱਲ ਜਾਂਦਾ ਤਰਸ ਨਾ ਆਵੋ ਕਿ ਫਲਾਣੇ ਕੋ ਆਪਣਾ ਆਦਮੀ ਤਾਂ ਚੜ ਗਿਆ ਸਾਡੇ ਵੀ ਦੋਖੜਾ ਹੋ सरदार सलवान सिंह संधू बोले सोनिहाल किसान मजदूर एकता जिंदाबाद। मैं गुरु नानक लंगर सेवा सोसाइटी इंटरनेशनल का इंडिया का मुख सेवादार हूँ ते साड़ी संस्था वालों इस किसान अंदोलन दौरान एक फैसला लिया गया जी कि जिन्हें भी साडे किसान वीर कल्ले पंजाब के नहीं पूरे भारत के इस अंदोलन के हिस्सा पाया होया जिहड़े शहीद हो जाएंगे उन्होंने 50,000 रुपए की जी सेवा दी जाएगी। इतने वक् वक् शहर पिंड चो काफी नौजवान भी पहुंचे हुए ने आओ गलबात करके जानते हैं कितों ने। हाँ जी वीर जी की नाम जी? मेरा नाम अमरजीत सिंह है जी। वीर जी तुसी कितों आए हो? अगवाड़ लोपो तो जी आप इतों नेड़े ही शहर दे विचों। हाँ जी ते वीर पंचायत रखी गई है दाणा मंडी दे विच तुसी पहुंचे हुए हो इत्थे की कहना चाहुंदे? असीं पुरजर वधिया लग रहा है इन्होंने पंचायत रखी है इन्ना कट देख के ठाठा मारदा इहदे नाल लोकां दे विच उत्साह वधदा वा शक्ति वधदी है इहनूं होर संगठन नूं मजबूती मिलेगी इहदे नाल किसानां नूं मजबूती। खेतीबाड़ी दे नाल जुड़े हुए हो? नहीं मैं किसान नहीं हाँ मेरे होर मेरे नाल दे वीर भरा किसान हाँ मैं किसानां दी सपोर्ट करदा हाँ। सपोर्ट करदा। तुहाडा नाम की वीर जी? हैप्पी गल जी। ਤੁਸੀਂ ਵੀ ਇੱਥੇ ਆਏ ਹੋਏ ਹੋ ਤੁਸੀਂ ਜਗਰਾਉਂ ਤੋਂ? ਹਾਂਜੀ ਜਗਰਾਉਂ ਤੋਂ ਆ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮਹਾ ਪੰਚਾਇਤ ਦੇ ਵਿੱਚ ਅੱਜ ਪਹੁੰਚੇ ਹੋ ਦਾਣਾ ਮੰਡੀ? ਅਸੀਂ ਤਾਂ ਕਹਿੰਦੇ ਵੱਧ ਤੋਂ ਵੱਧ ਸਾਥ ਦਿਓ। ਪਹਿਲਾਂ ਅਸੀਂ ਦਿੱਲੀ ਵੀ 5-6 ਗੇੜੇ ਲਾਏ ਆਏ ਹਾਂ ਵੱਧ ਤੋਂ ਵੱਧ ਸਾਥ ਦਿਓ ਜੋ ਵੀ ਆਪਣੇ ਦੀਪ ਸਿੱਧੂ ਵਗੈਰਾ ਹਨਾ ਫੜੇ ਹੋਏ ਆ ਉਹਨਾਂ ਨੂੰ ਛਡਾਉਣ ਲਈ ਅਸੀਂ ਪੂਰਾ ਯੋਗਦਾਨ ਪਾ ਰਹੇ ਹਾਂ ਅਤੇ ਜਿੰਨਾ ਵੀ ਹੋ ਸਕੇ ਦਿੱਲੀ ਦੁਬਾਰੇ ਫਿਰ ਜਾਵਾਂਗੇ ਅਸੀਂ ਅਤੇ ਜਿੰਨਾ ਹੋ ਸਕੇ ਵੀ ਵੱਧ ਤੋਂ ਵੱਧ ਕਰਦੇ ਪਏ ਹਾਂ। ਜਿਹੜਾ ਸਰਕਾਰ ਨੇ ਕਿਹਾ ਕਿ ਅਸੀਂ ਕਾਨੂੰਨਾਂ ਦੇ ਵਿੱਚ ਸ਼ੋਧ ਕਰ ਦਿੰਦੇ ਹਾਂ ਹਾਂਜੀ ਪਰ ਕਾਨੂੰਨ ਵਾਪਸ ਨਹੀਂ ਹੋਣੇ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋ? ਨਹੀਂ ਜੀ ਸ਼ੋਧ ਕਰਾਉਣ ਦਾ ਕੋਈ ਫਾਇਦਾ ਨਹੀਂਗਾ ਜੀ। ਸ਼ੋਧ ਕਰਾਉਣ ਦਾ ਇਹਦਾ ਇੱਕ ਵੀ ਖਾਲੀ ਡੱਬਾ ਇੱਕ ਰੱਖ ਦਿਓ ਜਦੋਂ ਮਰਜ਼ੀ ਉਹਨੂੰ ਦੁਬਾਰੇ ਫਿਰ ਉਹਨੂੰ ਓਪਨ ਕਰ ਲਓ ਅਸੀਂ ਇਹਦੇ ਹੱਕ 'ਚ ਨਹੀਂ ਹੈਗਾ ਜੀ। ਕੀ ਨਾਮ ਵੀਰ ਜੀ ਤੁਹਾਡਾ ਜੀ? ਮੇਰਾ ਨਾਮ ਦੀਪ ਧਾਲੀਵਾਲਾ ਜੀ। ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਆਸਟ੍ਰੇਲੀਆ ਤੋਂ ਆਇਆ ਹੂੰ ਜਗਰਾਉਂ ਆ। ਅੱਛਾ ਜੀ। ਆਸਟ੍ਰੇਲੀਆ 'ਚ ਵੀ ਮੈਂ ਖੇਤੀ ਕਰਦਾ। ਠੀਕ ਹੈ ਜੀ। ਉੱਥੇ ਬਲੂਬੇਰੀ ਦੀ ਖੇਤੀ ਹੈ ਮੇਰੀ। ਪੰਜਾਬ ਦਾ ਹਿੱਸਾ ਬਣਨ ਆਏ ਹੋ ਜਿਹੜੀ ਪੰਜਾਬ ਦੀ ਪਹਿਲੀ ਮਹਾਪੰਚਾਇਤ ਆ। ਹਾਂਜੀ ਬਿਲਕੁਲ ਜੀ। ਤੁਸੀਂ ਜਿਹੜੇ ਕਾਨੂੰਨ ਕਾਲੇ ਕਾਨੂੰਨ ਆਪਾਂ ਮੋਦੀ ਸਰਕਾਰ ਨੇ ਪਾਸ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਉਹ ਰੱਦ ਹੋਣੇ ਚਾਹੀਦੇ ਆ ਜੀ ਤੇ ਰੱਦ ਕਰਾ ਕੇ ਹਟਾਂਗੇ ਉਹਨਾਂ ਟਾਈਮ ਪਿੱਛੇ ਨਹੀਂ ਹਟਦੇ। ਆਸਟ੍ਰੇਲੀਆ ਦੇ ਵਿੱਚੋਂ ਆਏ ਹੋ ਉੱਥੇ ਵੀ ਇਦਾਂ ਦਾ ਕੋਈ ਕਾਲੇ ਕਾਨੂੰਨਾਂ ਖਿਲਾਫ ਜਿੰਨੇ ਵੀ ਅਡਾਨੀ ਦੇ ਵਿਰੋਧ ਉੱਥੇ ਹੋ ਰਿਹਾ ਬਹੁਤ ਧਰਨੇ ਲੱਗ ਰਹੇ ਆ ਕਿਉਂਕਿ ਅਡਾਨੀ ਨੇ ਉੱਥੇ ਕੋਲ ਮਾਈਨਸ ਖਰੀਦੀਆਂ ਵਾ। ਅੱਛਾ ਜੀ। ਕੋਲ ਮਾਈਨਸ ਕਰਕੇ ਜਿਹੜਾ ਇਨਵਾਇਰਮੈਂਟ ਨੂੰ ਬਹੁਤ ਫਰਕ ਪੈਣਾ ਤੇ ਉੱਥੇ ਬਹੁਤ ਅਡਾਨੀ ਦੇ ਵਿਰੋਧ ਬਹੁਤ ਹੋ ਰਿਹਾ ਆਸਟ੍ਰੇਲੀਆ 'ਚ ਗੋਰੇ ਬਹੁਤ ਵਿਰੋਧ ਕਰ ਰਹੇ ਆ ਆਪਣੇ ਪੰਜਾਬੀ ਵੀ ਬਹੁਤ ਕਰ ਰਹੇ ਆ। ਧੰਨਵਾਦ। ਹੁਣ ਇਹਨਾਂ ਨੇ ਦੱਸਿਆ ਕਿ ਜਿਵੇਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਵੱਲੋਂ ਪਾਸ ਕੀਤੇ ਗਏ ਵੱਡੇ ਕੋਆਪਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਨੇ ਅੰਡਾਨੀ ਅੰਬਾਨੀ ਦੇ ਹੱਕ ਵਿੱਚ ਨੇ ਇੱਥੇ ਆਏ ਹੋਏ ਆਸਟ੍ਰੇਲੀਆ ਤੋਂ ਇੱਕ ਵੀਰ ਜੀ ਨੇ ਵੀ ਦੱਸਿਆ ਕਿ ਇਹੀ ਕੁਛ ਆਸਟ੍ਰੇਲੀਆ ਦੇ ਵਿੱਚ ਵੀ ਅੰਡਾਨੀ ਅੰਬਾਨੀ ਵੱਲੋਂ ਕੀਤਾ ਜਾ ਰਿਹਾ ਅਤੇ ਆਸਟ੍ਰੇਲੀਆ ਦੇ ਗੋਰਿਆਂ ਦੇ ਨਾਲ ਨਾਲ ਪੰਜਾਬੀਆਂ ਵੱਲੋਂ ਉੱਥੇ ਵੀ ਵਿਰੋਧ ਕੀਤਾ ਜਾ ਰਿਹਾ।